ਪੰਜਾਬ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਅਤੇ ਸਾਰੀਆਂ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਵਿੱਚ ਕਾਂਗਰਸ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ, ਜਿਸ ਦੌਰਾਨ ਵਿਰੋਧੀਆਂ 'ਤੇ ਜੰਮ ਕੇ ਤੰਜ ਕੱਸੇ ਗਏ ਨੇ। ਇਸ ਦੌਰਾਨ ਡਾਕਟਰ ਰਾਜਕੁਮਾਰ ਵੇਰਕਾ ਨੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ 'ਤੇ ਤਿੱਖੇ ਤੰਜ ਕੱਸੇ ਨੇ ਅਤੇ ਕਿਹਾ ਹੈ ਕਿ ਉਹਨਾਂ ਨੇ ਤਾਂ ਹੁਣ ਵਾਪਸੀ ਦੀ ਟਿਕਟ ਕਟਵਾ ਲਈ ਹੈ। ਉੱਥੇ ਦੂਜੇ ਪਾਸੇ ਅਜਨਾਲਾ ਦੀ ਘਟਨਾ ਨੂੰ ਲੈ ਕੇ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ। ਲੋਕ ਪਿਆਰ ਉਸੇ ਤਰ੍ਹਾਂ ਹੀ ਦੁਬਾਰਾ ਦੇਣਾ ਸ਼ੁਰੂ ਨਹੀਂ, ਲੋਕਾਂ ਨੇ ਪਿਆਰ ਦੇਣਾ ਸ਼ੁਰੂ ਕਰ ਦਿੱਤਾ ਨਹੀਂ, ਲੋਕਾਂ ਦਾ ਪਿਆਰ ਪਹਿਲੇ ਸੀ, ਅੱਜ ਵੀ ਹੈ ਅਤੇ ਕੱਲ੍ਹ ਵੀ ਰਹਿਣਾ। ਲੋਕਾਂ ਨੇ ਮਨ ਬਣਾ ਲਿਆ ਕਿ ਬਈ ਚਾਰੇ ਖਾਨੇ ਚਿੱਤ ਹੋਣੇ ਬਾਕੀਆਂ ਦੇ, ਉਹ ਗੁਰਜੀਤ ਸਿੰਘ ਔਜਲਾ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ। ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਬੀਜੇਪੀ ਦਾ ਉਮੀਦਵਾਰ ਹੈ ਨਾ, ਉਹਨੇ ਰਿਟਰਨ ਟਿਕਟ ਬੁੱਕ ਕਰਾ ਲਈ ਅਮਰੀਕਾ ਦੀ, ਅਤੇ ਉਹ 2 ਤਰੀਕ ਨੂੰ ਵਾਪਸ ਵੀ ਜਾ ਰਿਹਾ। ਡਾਕਟਰ ਸਾਹਿਬ, ਜਿਸ ਤਰ੍ਹਾਂ ਕੱਲ੍ਹ ਗੋਲੀ ਚੱਲਣ ਦੀ ਵਾਰਤਾ ਸਾਹਮਣੇ ਆਈ ਕਿ ਲੱਗਦਾ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਨਾਲ ਫੇਲ ਬਈ, ਉਹ ਖੁਦ ਸਾਰੇ ਫੇਲ ਹੋਇਆ ਪਿਆ, ਇਸ ਕੋਈ ਸ਼ੱਕ ਨਹੀਂ ਹੈਗਾ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਾਂ, ਲੋਕਾਂ ਨੇ ਦੇਖ ਲਿਆ ਕਿ ਇਹ ਹੋਸ਼ੀਆਂ ਹਰਕਤਾਂ 'ਤੇ ਆ ਗਏ, ਲੋਕ ਉਹਦਾ ਜਵਾਬ ਦੇਣਗੇ। ਡਾਕਟਰ ਸਾਹਿਬ, ਚੋਣ ਕਮਿਸ਼ਨਰ ਨੇ ਵੀ ਕਹਿਤਾ ਹੈ ਕਿ ਇਹਦੀ ਜਿਹੜੀ ਸਾਰੀ ਡਿਟੇਲ ਸਾਨੂੰ ਦਿੱਤੀ ਜਾਵੇ ਤਾਂ ਜੋ ਕਿ ਕਾਰਵਾਈ ਕੀਤੀ ਜਾਵੇ। ਮੈਂ ਧੰਨਵਾਦ ਕਰਦਾ ਚੋਣ ਕਮਿਸ਼ਨਰ ਦਾ, ਉਹਨਾਂ ਨੇ ਬੜਾ ਸੀਰੀਅਸ ਨੋਟ ਲਿਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਾਰਵਾਈ ਕਰਨਗੇ। ਠੀਕ ਹੈ, ਕਹਿਤਾ ਹੈ ਕਿ ਜਿਹੜੀ ਕੱਲ੍ਹ ਗੋਲੀ ਚੱਲੀ ਆ ਉਹਨੂੰ ਲੈ ਕੇ ਜਲਦ ਤੋਂ ਜਲਦ ਰਿਪੋਰਟ ਜਿਹੜੀ ਦਿੱਤੀ ਜਾਵੇ। ਬਿਲਕੁਲ, ਉਹ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ। ਚੋਣ ਕਮਿਸ਼ਨ ਨੇ ਨੋਟਿਸ ਲਿਆ, ਅਸੀਂ ਧੰਨਵਾਦ ਕਰਦੇ ਚੋਣ ਕਮਿਸ਼ਨ ਦਾ। ਅਸੀਂ ਚਾਹੁੰਦੇ ਕਿ ਜਿਹੜੇ ਲੋਕ ਜਿਹੜੇ ਬੂਥ ਸੈਂਸਿਟਿਵ ਨੇ, ਖਾਸ ਕਰ ਅਜਨਾਲੇ ਵਾਲਾ ਏਰੀਆ ਜਿੱਥੇ ਧਾਰੀਵਾਲ ਸਾਹਿਬ ਨੇ ਬਹੁਤ ਲੋਕਾਂ ਦੇ ਨਾਲ ਦਬਕੇ ਮਾਰੇ ਜਾ ਰਹੇ ਨੇ, ਤਰਾਇਆ ਤਰਾਇਆ ਉਗਾਇਆ ਜਾ ਰਿਹਾ, ਉੱਥੇ ਨੀਮ ਫੌਜੀ ਫੋਰਸ ਜਿਹੜੀਆਂ ਫੋਰਸਿਸ ਨੇ, ਸਪੈਸ਼ਲ ਫੋਰਸਿਸ ਲਾਈਆਂ ਜਾਣ ਔਰ ਉਹਨਾਂ ਨੂੰ ਡਿਕਲੇਅਰ ਕੀਤਾ ਜਾਵੇ ਸੈਂਸਿਟਿਵ ਬੂਥ। ਲੇਕਿਨ ਲੱਗਦਾ ਨਹੀਂ ਕਿ ਗੁਰਜੀਤ ਜੀ ਇਸ ਤਰ੍ਹਾਂ ਜਿਹੜੀਆਂ ਇਲੈਕਸ਼ਨ ਜਿਹੜੀ ਆ ਉਹ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ, ਕਿਉਂਕਿ ਕਿਹਾ ਜਾ ਰਿਹਾ ਸੀਗਾ ਕਿ ਲਗਾਤਾਰ ਹੀ ਜਿਹੜੀ ਪੰਜਾਬ ਸਰਕਾਰ ਹੈ ਫੇਰ ਇਲੈਕਸ਼ਨ ਜਿਹੜੀ ਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪੰਜਾਬੀ ਡਰਦਾ ਤਾਂ ਨਹੀਂ ਗਾ ਕਿਸੇ ਗੱਲੋਂ, ਪਰ ਇਹ ਲੋਕ ਗਲਤ ਧਾਰਨਾ ਲੈ ਕੇ ਬੈਠੇ ਆ। ਇਹ ਲੋਕ ਜਿਨ੍ਹਾਂ ਦੇ ਮਿੱਤਰ ਜਿਹੜੇ ਅਕਾਲੀ ਬੀਜੇਪੀ ਵਾਲੀ ਰਾਜਨੀਤੀ ਦੁਬਾਰਾ ਕਰਨ, ਉਹ ਵੀ ਗੁੰਡਾਗਰਦੀ ਉਹ ਕਰਦੇ ਸੀ, ਹੁਣ ਇਹਨਾਂ ਨੇ ਕੀਤੀ ਆ। ਪਰ ਲੋਕਾਂ ਨੇ ਤਾਂ ਜਵਾਬ ਵੋਟ 'ਚ ਦੇਣਾ ਹੈ, ਮਤ ਦਾ ਦਾਣ ਹੈ, ਅੰਦਰ ਬਹਿ ਕੇ ਪੈਣੀ ਹੈ। ਲੋਕਾਂ ਨੇ ਮਨ ਬਣਾਇਆ ਕਿ ਅਸੀਂ ਲੋਕਾਂ ਵੋਟ ਕਿੰਨੇ ਪਾਉਣੀ, ਲੋਕਾਂ ਨੂੰ ਤਰੀਕਾ ਆ ਗਿਆ ਕਿ ਵੋਟ ਕਿੱਦਾਂ ਪੈਂਦੀ, ਉਹ ਸਮਝਦੇ ਇਸ ਗੱਲ ਨੂੰ। ਸੋ ਲੇਕਿਨ ਕਹਿੰਦੇ ਕਿ ਤਰਨਜੀਤ ਸਿੰਘ ਸੰਧੂ ਜਿਹੜੇ ਉਹ ਰਿਟਰਨ ਟਿਕਟ ਕਟਾ ਕੇ ਬੈਠੇ ਹੋਏ ਨੇ, ਕਹਿੰਦੇ ਉਹ ਜਾਣਾ ਵਾ ਉਹਨਾਂ ਨੇ, ਹੁਣ ਵਿਚਾਰੇ ਕੀ ਕਰਨ, ਉਹਨਾਂ ਨੇ ਕਿੰਨੇ ਦਿਨ ਹੋ ਗਏ ਗਰਮੀ 'ਚ, ਇੰਨੀ ਗਰਮੀ 'ਚ ਉਹਨਾਂ ਵੇਖੀ ਨਹੀਂ ਸੀ ਕਦੀ, ਜਿੰਨੀ ਗਰਮੀ 'ਚ ਫਿਰ ਰਹੇ ਨੇ। ਸੋ ਅਸੀਂ ਉਹਨਾਂ ਨੂੰ ਸ਼ੁਭਇੱਛਾਵਾਂ ਦਿੰਦੇ ਹਾਂ ਔਰ ਮੈਨੂੰ ਪਤਾ ਲੱਗਾ ਕਿ ਉਹਨਾਂ ਨੂੰ ਗਰਮੀ ਵੀ ਕਾਫੀ ਲੱਗੀ ਹੈ, ਔਰ ਤੁਸੀਂ ਲੋਕ ਉਹਨਾਂ ਨੂੰ ਲੱਸੀ ਵਗੈਰਾ ਅੰਮ੍ਰਿਤਸਰ ਵਾਲੇ ਪਿਆਓ, ਅੱਛਾ ਖਾਣਾ ਖਵਾਓ, ਸਾਡੇ ਸਤਿਕਾਰਯੋਗ ਨੇ। ਔਰ 4 ਤਰੀਕ ਤੋਂ ਬਾਅਦ ਉਹਨਾਂ ਨੇ ਜਾਣਾ ਵਾ ਔਰ ਅਸੀਂ ਸ਼ੁਭ ਸ਼ਾਮਾਂ ਦੇਵਾਂਗੇ। 833 ਕਰੋੜ ਰੁਪਇਆ ਆਇਆ ਗੁਰਜੀਤ ਜੀ, ਕੀ ਲੱਗਦਾ ਹੈ ਕਿ ਉਹ ਪੈਸੇ ਲੱਗਣੇ ਚਾਹੀਦੇ ਪੰਜਾਬ ਦੇ, ਪੰਜਾਬ ਦੇ ਪੈਸੇ ਨੇ ਜਿਹੜਾ ਬਾਹਰ ਦੇਸ਼ ਹੋਇਆ, ਇਹਨੇ ਕਿੰਨੇ ਲਿਆਂਦਾ? ਜੋ ਉਹਨਾਂ ਦਾ ਕੋਡ ਹੈ, ਕਹਿੰਦੇ ਕਿ 833 ਕਰੋੜ ਰੁਪਇਆ ਮੈਂ ਜਿੱਦਾਂ ਇਲੈਕਸ਼ਨ ਅਨਾਊਂਸ ਕੀਤੀ, ਮੈਨੂੰ ਉਦੋਂ ਹੀ ਆ ਗਿਆ। ਚਲੋ ਹਿਸਾਬ ਦੇ ਦੇਣ ਅੰਮ੍ਰਿਤਸਰ ਵਾਲਿਆਂ ਨੂੰ। ਦੇਖੋ, ਝੂਠ ਦਾ ਰਾਜਨੀਤੀ ਢਿੱਡ ਨਹੀਂ ਭਰਨਾ ਲੋਕਾਂ ਦਾ, ਮੈਂ ਤਾਂ ਅੱਗੇ ਹਮੇਸ਼ਾ ਨਾ ਸੱਚ ਦੀ ਰਾਜਨੀਤੀ ਕਰੋ, ਬਹੁਤ ਕੁਛ ਹੋ ਗਿਆ ਔਰ ਇੱਥੇ ਤੇ ਜਿਹੜੇ ਇਹ ਕੰਮ ਸੀ ਜਦੋਂ ਪਾਵਰ 'ਚ ਹੋਈਦਾ ਉਦੋਂ ਹੁੰਦਾ ਹੈ, ਹੁਣ ਤਾਂ ਝੂਠ ਹੈ, ਝੂਠ ਵਿਕ ਚੋ ਜਿੰਨਾ ਵਿਕ ਸਕਦਾ, ਪਰ ਲੋਕਾਂ ਨੇ ਲੋਕ ਸਮਝਦਾਰ ਨੇ, ਲੋਕ ਸਮਝਦਾਰ ਨੇ। ਅਮਰੀਕਾ 'ਚ ਬੈਠੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਪੰਜਾਬ ਨੂੰ, ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣਾ, ਕਿਸ ਤਰ੍ਹਾਂ ਤੁਸੀਂ ਸਮਝਦੇ ਹੋ? ਦੇਖੋ, ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣਾ ਤੇ ਜਿਹੜੀ ਸਟੇਟ ਗਵਰਨਮੈਂਟ ਹੈ ਉਹਦੀ ਨੀਅਤ ਸਾਫ਼ ਕਰੋ, ਅਸੀਂ ਸੈਂਟਰ ਤੋਂ ਪ੍ਰੋਜੈਕਟ ਲਿਆ ਕੇ ਦੇਵਾਂਗੇ, ਜਿਹੜੀ ਸਟੇਟ ਗਵਰਨਮੈਂਟ ਉਹ ਨੀਅਤ ਸਾਫ਼ ਦੇ ਨਾਲ ਕੰਮ ਕਰਨਾ ਸਿੱਖੀ। ਆਪ ਸਰਕਾਰ ਤੋਂ 2.5 ਸਾਲਾਂ ਦੇ ਰਾਜ 'ਚ ਅੱਕ ਗਏ, ਲੋਕਾਂ ਨੇ ਬਦਲਾਵ ਕਿਹਾ ਸੀ, ਇਹਨਾਂ ਨੂੰ 92 ਸੀਟਾਂ ਦਵਾਈਆਂ ਸੀ, ਪਰ ਜੋ ਬਦਲਾਵ ਇਹਨਾਂ ਨੇ ਕੀਤਾ ਉਹ ਸਾਰੀ ਦੁਨੀਆ ਦੇ ਸਾਹਮਣੇ ਆ।
ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਲੋਕਾਂ ਤਾਂ ਆਪ ਵਾਲਿਆਂ ਨੂੰ ਵੜਨ ਨਹੀਂ ਦੇਣਦੇ ਇਲਾਕਿਆਂ 'ਚ, ਔਰ ਮੈਂ ਵੀ ਕਹਿੰਦਾ ਸਾਡੇ ਇਲਾਕੇ 'ਚ ਕੋਈ ਆਪ ਵਾਲਾ ਵੜਿਆ ਹੀ ਨਹੀਂ। ਲੇਕਿਨ ਲੱਗਦਾ ਨਹੀਂ ਤੁਹਾਡਾ ਜਿਸ ਤਰ੍ਹਾਂ ਬਿਜ਼ਨਸ ਪ੍ਰੋਪਰਟੀ ਦਾ ਬਹੁਤ ਸਾਰਾ ਤੁਹਾਨੂੰ ਨੁਕਸਾਨ ਵੀ ਹੋਇਆ, ਕਿਉਂਕਿ ਬਹੁਤ ਦੇਣ ਦੀ ਗੱਲ ਕੀਤੀ ਜਾ ਰਹੀ? ਦੇਖੋ ਜੀ, ਭਗਵੰਤ ਮਾਨ ਨੇ ਤਾਂ ਬਹੁਤੀਆਂ ਗੱਲਾਂ ਕੀਤੀਆਂ ਜੀ। ਅੱਜ ਤੋਂ 3 ਮਹੀਨੇ ਪਹਿਲਾਂ ਉਹਨਾਂ ਕਿਹਾ ਸੀ NOC ਬੰਦ ਹੀ ਕਰਤੀ ਅਸੀਂ, ਕਿੱਥੇ ਹੋਈ ਬੰਦ? ਕਾਗਜ਼ਾਂ 'ਚ ਹਵਾ 'ਚ ਕੋਈ ਕੰਮ ਨਹੀਂ ਹੁੰਦਾ। ਰੇਤ ਅੱਜ ਵੀ 7,000 ਰੁਪਏ ਤੋਂ ਥੱਲੇ ਨਹੀਂ ਮਿਲਦੀ, ਔਰ ਉਹ ਵੀ ਲੋਕਾਂ ਨੂੰ ਤਰਲਿਆਂ ਨਾਲ ਮਿਲਦੀ ਆ। ਇਹਨਾਂ ਨਾਂ 'ਤੇ ਰੇਤ ਦਾ ਕੀਤਾ ਵਾ, ਇਹ ਰੇਤ ਮਾਫੀਆ ਨਹੀਂ ਬੰਦ ਕਰ ਸਕੇ। ਸ਼ਰਾਬ ਦੇ ਘਟਾਲੇ ਇਹਨਾਂ ਦੇ ਪਰਚੇ ਚੱਲਦੇ ਪਏ ਸਾਰਿਆਂ ਦੇ, ਉਹ ਕਹਿਣ ਦੀ ਲੋੜ ਨਹੀਂ। NOC ਜੋ ਇਹਦਾ ਝੂਠਾ ਵਲਾਰਾ ਕਰਕੇ, ਜਦੋਂ ਵੀ ਕੋਈ ਇੱਥੇ ਅੰਮ੍ਰਿਤਸਰ ਜਦੋਂ ਪ੍ਰੋਗਰਾਮ 'ਤੇ ਆਉਂਦੇ ਆ, ਜਿੰਨਾ ਡੀਲਰ ਜਿੰਨਾ ਕਲੋਨਾਈਜ਼ਰ ਵਾ, ਉਹਨਾਂ ਨੂੰ ਇੱਕ ਜਗ੍ਹਾ ਪਹਿਲਾਂ ਤਾਂ ਤਾੜ ਦਿੰਦੇ ਆ, ਬੰਦ ਕਰ ਦਿੰਦੇ ਆ ਵੀ ਇਹ ਸਾਡੇ ਨਾਲ ਸਾਡੀ ਬਗਾਵਤ ਨਾ ਕਰ ਸਕਣ। ਪਰ ਲੋਕਾਂ ਕੋਲ ਇਹ ਟਾਈਮ ਆ ਗਿਆ, ਲੋਕਾਂ ਨੇ ਅੱਜ ਉਹ ਟਾਈਮ ਆ ਗਿਆ, ਲੋਕਾਂ ਨੇ ਇਹਦਾ ਜਵਾਬ ਆਪਣੀਆਂ ਵੋਟਾਂ ਦੇ ਨਾਲ। ਪ੍ਰੋਪਰਟੀ ਦਾ ਰੇਟ ਘਟਿਆ ਹੈ ਕਿ ਲੋਕ ਖਰੀਦ ਹੀ ਨਹੀਂ ਰਹੇ ਜੀ? ਪ੍ਰੋਪਰਟੀ ਲੋਕੀ ਡਰਦੇ ਜਦੋਂ ਕਹਿੰਦੇ ਆ ਕਲੋਨੀ ਆਥੋਰਾਈਜ਼ਡ ਆ, ਤੇ ਜੇ ਕਲੋਨੀਆਂ ਸਾਰੀਆਂ ਹੀ ਅੰਮ੍ਰਿਤਸਰ ਦੀ ਆਥੋਰਾਈਜ਼ਡ ਆ, ਤੇ ਤੁਸੀਂ ਵੋਟਾਂ ਕਿਹਦੇ ਕੋਲ ਲੈਣ ਆਉਂਦੇ ਜੇ ਬਈ? ਕਲੋਨੀਆਂ ਵਾਲੇ ਤਾਂ ਫਿਰ ਲਿਖ ਕੇ ਬਾਹਰ ਬੋਰਡ ਲਾ ਦੇਣਗੇ, ਤੁਹਾਡਾ ਇਸ ਕਲੋਨੀ 'ਚ ਆਉਣਾ ਮਨਾ ਵਾ ਕਿਉਂਕਿ ਅਨਔਥੋਰਾਈਜ਼ਡ ਆ। ਤੁਸੀਂ ਲਿਖ ਕੇ ਲਾਓਗੇ ਜੀ ਆਪਣੀ ਕਲੋਨੀ 'ਚ? ਸਾਰੀ ਦੁਨੀਆ ਲਾਉਣ ਨੂੰ ਤਿਆਰ ਬੈਠੀ ਆ, ਇੱਕ ਥੋੜ੍ਹੀ ਆ। ਜਦੋਂ ਕਿਸੇ ਦੇ ਗਰੇਬਾਂ 'ਤੇ ਹੱਥ ਪਊਗਾ, ਉਹਦਾ ਜਵਾਬ ਸਭ ਤੋਂ ਪਹਿਲਾਂ ਲੋਕਾਂ ਨੇ ਆ ਵੋਟਾਂ 'ਚ ਹੀ ਦੇ ਦੇਣਾ। ਕਾਂਗਰਸ ਦੇ ਟਾਈਮ 'ਚ ਰੇਤਾਂ ਦਾ ਕੀ ਰੇਟ ਸੀਗਾ? 2,000 ਰੁਪਏ ਚੰਨੀ ਸਰਕਾਰ ਦੇ ਟਾਈਮ 'ਚ 2,000 ਸੀ, ਅੱਜ 7,000 ਰੁਪਏ ਆ, ਆਪੇ ਹਿਸਾਬ ਲਾ ਲਓ। ਮਿਲ ਜਾਂਦੀ ਸੌਖੀ ਸਸਤੀ? ਅੱਜ ਲੈਣਾ ਲਾ ਕੇ ਉਸ ਤਾਂ ਹੀ, ਅੱਜ ਕੋਈ ਫੜਿਆ ਗਿਆ ਕੋਈ ਟਰਾਲੀਆਂ, ਜੱਟ ਜ਼ਿਮੀਂਦਾਰਾਂ ਨੂੰ ਪੁੱਛੋ, ਜਿਨ੍ਹਾਂ ਟਰਾਲੀਆਂ ਆਪਣੀਆਂ ਰੇਤਾਂ ਦੀਆਂ ਬਣਾਈਆਂ ਸੀ, ਉਹ ਵਿਚਾਰੇ ਘਰ ਉਹ ਟਰਾਲੀਆਂ ਦਾ ਟਰੈਕਟਰਾਂ ਦਾ ਵਿਆਜ ਦੇ ਕੇ ਅੱਧੇ ਹੋ ਗਏ ਆ, ਰੇਤਾਂ ਦਾ ਕੰਮ ਤਾਂ ਕੋਈ ਨਹੀਂ ਚੱਲਿਆ। ਪਠਾਨਕੋਟ ਤੋਂ 2 ਨੰਬਰ ਦੀ ਕਹਿੰਦੇ ਬਹੁਤ ਆ ਰਹੀ ਹੈ, ਉਹ ਤਾਂ ਸਾਰੇ ਇਹਨਾਂ ਦੇ ਮਿਨਿਸਟਰ ਰਲੇ ਆ, ਸਭ ਕਹਿਣ ਦੀ ਲੋੜ ਨਹੀਂ ਆ। ਉਹ ਵੀ ਇਹੋ ਕਾਰੋਬਾਰ ਕਰਦੇ, ਸਾਰੀ ਦੁਨੀਆ ਜੱਗ ਜਾ ਰਹੀ ਹੈ।